ਪੰਡਿਤ ਰਿਸ਼ੀ ਦੇਵ ਸ਼ਾਸਤਰੀ ਕਰਮਕਾਂਡੀ ਬ੍ਰਾਹਮਣ ਸਭਾ ਪ੍ਰਧਾਨ, ਮੈਂ ਇਹੀ ਕਹਿਣਾ ਚਾਹੁੰਦਾ ਇਹ ਜਿਹੜਾ ਘਟਨਾ ਹੋਇਆ, ਮਤਲਬ ਕਿ ਜਿੰਨਾ ਵੀ ਨਿੰਦਾ ਕਰ ਲਓ ਥੋੜ੍ਹਾ ਹੈ, ਕਿਉਂਕਿ ਇਹ ਸਾਡੇ ਪ੍ਰਭੂ ਹੈ ਪਰਮਾਤਮਾ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਹੈ, ਉਹਨਾਂ ਦਾ ਅੱਜ ਨੁਕਸਾਨ ਹੋਇਆ। ਇਸ ਕਰਕੇ ਸਾਰੇ ਇਕੱਠੇ ਹੋਏ ਆ, ਜੇ MLA ਸਾਹਿਬ ਵੀ ਆਏ ਸੀ, ਉਹਨਾਂ ਨੇ ਕਿਹਾ ਕਿ ਅਸੀਂ 5 ਵਜੇ ਤੱਕ ਚੋਰ ਫੜ ਕੇ ਦੇਵਾਂਗੇ। ਜੇ ਚੋਰ ਨਹੀਂ ਫੜੇ ਜਾਂਦੇ 5 ਵਜੇ ਤੱਕ, ਤਾਂ ਕੱਲ੍ਹ ਨੂੰ ਕੋਈ ਵੀ ਸ਼ਮਸ਼ਾਨ ਘਾਟ 'ਚ ਸੰਸਕਾਰ ਨਹੀਂ ਹੋਏਗਾ, ਔਰ ਕੱਲ੍ਹ ਤੋਂ ਕੋਈ ਵੀ ਮੰਦਰ ਦਾ ਕਪਾਟ ਨਹੀਂ ਖੁੱਲ੍ਹੇਗਾ, ਸਦਾ ਲਈ ਮੰਦਰ ਬੰਦ ਹੋਣਗੇ ਜਦ ਤੱਕ ਚੋਰ ਨਹੀਂ ਫੜੇ ਜਾਂਦੇ। ਪਹਿਲਾਂ ਜੈ ਸ਼੍ਰੀ ਰਾਮ ਸਾਰਿਆਂ ਨੂੰ ਜੀ। ਜੈ ਸ਼੍ਰੀ ਰਾਮ। ਅੱਜ ਪਤਾ ਲੱਗ ਜਾਊਗਾ ਕਿ ਸ਼ਿਵਪੁਰੀ ਮੰਦਰ ਕੀ ਹੋਇਆ ਜੀ। ਇਹ ਹਿੰਦੂਆਂ ਨੇ ਹੀ ਹੋ ਰਿਹਾ ਜੀ। ਜੇ ਕਿਤੇ ਹੋਰ ਧਰਮ ਦੇ ਹੁੰਦਾ ਇਹ, ਹੁਣ ਤਾਂ ਪ੍ਰਸ਼ਾਸਨ ਵੀ ਕੀ ਸਾਰੇ ਕਿਤੇ ਪ੍ਰਸ਼ਾਸਨ ਭੱਜਿਆ ਨੱਠਿਆ ਫਿਰਦਾ, ਹੁਣ ਤਾਂ ਚੋਰ ਫੜੇ ਵੀ ਹੁੰਦੇ ਕਿਆ ਪਤਾ। ਇਹ ਹਿੰਦੂਆਂ ਨਾਲ ਪਹਿਲਾਂ ਸਮਾਲੇ ਵੀ ਇਹੀ ਕੰਮ ਹੋਇਆ, ਅੱਜ ਖੰਨੇ ਹੋ ਚੁੱਕੇ ਆ ਜੀ। ਸਾਰੇ ਸਨਾਤਨੀ ਭਾਈ ਨੂੰ ਬੇਨਤੀ ਹੈ, ਅੱਜ 5 ਵਜੇ ਟਾਈਮ ਦਿੱਤਾ ਪ੍ਰਸ਼ਾਸਨ ਨੂੰ, ਜੇ ਨਾ ਕੋਈ ਕਾਰਵਾਈ ਹੋਈ ਕੱਲ੍ਹ ਬਾਜ਼ਾਰ ਨਹੀਂ ਖੁੱਲ੍ਹੇਗਾ। ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਕਿ ਬਾਜ਼ਾਰ ਬੰਦ ਹੋਊਗਾ, ਜੇ ਹੋ ਸਕਿਆ ਅਸੀਂ ਪੰਜਾਬ ਬੰਦ ਦੀ ਕੌਲ ਵੀ ਦਊਂਗੇ। ਜੈ ਸ਼੍ਰੀ ਰਾਮ। ਅੱਜ ਦੀ ਸੁਬਹਾ ਸਾਡੇ ਲਈ ਜਿਹੜੀ ਸੀ ਬਹੁਤ ਹੀ ਦੁੱਖ ਭਰੀ ਸੁਬਹਾ ਸੀਗੀ। ਸਾਨੂੰ ਸੁਬਹਾ ਸੰਜੀਵ ਸ਼ਰਮਾ ਜੀ ਸਭ ਤੋਂ ਪਹਿਲਾਂ ਮੰਦਰ 'ਚ ਜਿਹੜੇ ਆਉਂਦੇ ਨੇ ਸਾਡੇ ਕਮੇਟੀ ਦੇ ਮੈਂਬਰ, ਉਹਨਾਂ ਦੇ ਅੰਦਰ ਐਂਟਰ ਕਰਦਿਆਂ ਹੀ ਮੰਦਰ ਖੁਲਵਾਇਆ ਉਹਨਾਂ ਨੇ ਪੰਡਿਤ ਜੀ ਤੋਂ। ਉਹਨਾਂ ਦੇ ਅੰਦਰ ਆਉਂਦਿਆਂ ਹੀ ਉਹਨਾਂ ਦੀਆਂ ਭਾਵਨਾਵਾਂ ਨੂੰ ਐਡੀ ਠੇਸ ਲੱਗੀ ਕਿ ਉਹ ਉੱਥੇ ਖੜ੍ਹੇ ਖੜ੍ਹੇ ਹੀ ਆਘਾਤ ਮਹਿਸੂਸ ਕੀਤਾ ਉਹਨਾਂ ਨੇ। ਹੋਇਆ ਕਿ ਜਲ ਚੜ੍ਹਾਉਣ ਸਭ ਤੋਂ ਪਹਿਲਾਂ ਸਾਡੇ ਸੰਜੀਵ ਸ਼ਰਮਾ ਜੀ ਆਉਂਦੇ ਨੇ ਸੁਬਹਾ। ਉਹ ਅੰਦਰ ਜਿਵੇਂ ਹੀ ਐਂਟਰ ਕਰਦੇ ਨੇ, ਬੈੱਲ ਵਜਾਉਂਦੇ ਨੇ, ਮੰਦਰ ਦੀ ਘੰਟੀਆਂ ਵਜਾਉਂਦੇ ਨੇ ਅਭਿਸ਼ੇਕ ਕਰਨ ਲਈ। ਜਿਵੇਂ ਹੀ ਸਾਹਮਣੇ ਦੇਖਦੇ ਨੇ, ਸਾਡੇ ਸ਼ਿਵਲਿੰਗ ਜੀ ਦੀ ਪਿੰਡੀ ਖੰਡਿਤ ਹੋਈ ਟੇਢੀ ਹੋਈ ਹੁੰਦੀ ਹੈ। ਉਹਨਾਂ ਨੇ ਇਮੀਡੀਏਟਲੀ ਐਕਸ਼ਨ 'ਚ ਆਏ, ਪੰਡਿਤ ਜੀ ਨੂੰ ਬੁਲਾਇਆ, ਸਾਰਾ ਕੁਝ ਦੇਖਿਆ ਔਰ ਮਹਿਸੂਸ ਕੀਤਾ ਕਿ ਇੱਥੇ ਕੋਈ ਬਹੁਤ ਬੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਸ ਤੋਂ ਬਾਅਦ ਸਾਰਿਆਂ ਨੂੰ ਜਿਵੇਂ ਜਿਵੇਂ ਖਬਰ ਹੋਈ, ਸਾਰੇ ਕਮੇਟੀ ਦੇ ਮੈਂਬਰ ਪਹੁੰਚੇ, ਪੁਲਿਸ ਨੂੰ ਖਬਰ ਹੋਈ, ਪ੍ਰਸ਼ਾਸਨ ਨੂੰ ਖਬਰ ਹੋਈ, ਉਹ ਸਾਰੀਆਂ ਚੀਜ਼ਾਂ ਜਿਵੇਂ ਜਿਵੇਂ ਦੇਖੀਆਂ ਸੀ, ਮਹਿਸੂਸ ਕੀਤੀਆਂ ਕਿ ਸਾਡੇ ਨਾਲ ਇੱਕ ਬਹੁਤ ਬੜਾ ਇੱਕ ਕਾਂਡ ਹੋ ਗਿਆ, ਪਲੱਸ ਸਾਡੀਆਂ ਜਿਹੜੀਆਂ ਮੰਦਰ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ 'ਤੇ ਬਹੁਤ ਬੜਾ ਇੱਕ ਚੋਟ ਲੱਗੀ। ਇਹ ਗੱਲ ਸਾਨੂੰ ਨਹੀਂ ਪਤਾ ਵੀ ਉਹ ਜਿਹੜੇ ਵੀ ਬੰਦੇ ਸੀਗੇ ਉਹਨਾਂ ਨੇ ਕੀ ਮਨਸ਼ਾ ਨਾਲ ਅੰਦਰ ਐਂਟਰ ਕੀਤਾ ਜਾਂ ਕੀ ਨਹੀਂ ਕੀਤਾ, ਬਟ ਜੋ ਪ੍ਰਾਇਮਰੀ ਇਹਦੀ ਫੇਸਿੰਗ ਹੈ ਉਹਦੇ 'ਚ ਇਹੀ ਨੋਟਿਸ ਅਸੀਂ ਕਰ ਰਹੇ ਹਾਂ ਵੀ ਸਾਨੂੰ 8-10 ਲੱਖ ਰੁਪਏ ਦਾ ਜਿਹੜਾ ਲੋਸ ਮੰਦਰ ਦੇ ਵਿੱਚ, ਜ਼ਿਆਦਾ 15-20 ਲੱਖ ਰੁਪਏ ਦਾ 10+ ਲੋਸ ਹੈਗਾ ਹੀ ਹੈ। ਹਾਲੇ ਅਸੀਂ ਮਤਲਬ ਇਮੀਡੀਏਟ ਰਿਸਰਚ ਆਏ, ਇਸ ਤੋਂ ਮਤਲਬ ਅੱਗੇ ਜਾਵਾਂਗੇ ਤਾਂ ਸਾਨੂੰ ਸ਼ਾਇਦ ਬਾਅਦ 'ਚ, ਕਿਉਂਕਿ ਗੱਲਿਆਂ 'ਚੋਂ ਕਿੰਨਾ ਕੈਸ਼ ਨਿਕਲਿਆ ਸਾਨੂੰ ਨਹੀਂ ਪਤਾ। ਕੀ ਲੈ ਸਰ ਉਹਦੇ ਵਿੱਚ? ਮਤਲਬ ਦੇਖੋ, ਸਭ ਤੋਂ ਬੜੀ ਚੀਜ਼ ਜਿਹੜੀ ਹੈ, ਸਾਡਾ ਕਲਸ਼ ਸੀਗਾ ਚਾਂਦੀ ਦਾ, 4.5-4 kg ਦਾ ਪਿਓਰ ਚਾਂਦੀ ਦਾ ਕਲਸ਼ ਸੀਗਾ, ਤਾਂ ਉਹ ਉਹਨਾਂ ਨੇ ਕੱਢਿਆ। ਉਸ ਤੋਂ ਬਾਅਦ ਜਿਹੜੀ ਸ਼ਿਵਲਿੰਗ ਹੈ ਸਾਡੇ ਪਵਿੱਤਰ ਸ਼ਿਵਲਿੰਗ ਦੇ ਜਲੈਰੀ ਪੂਰੀ ਚਾਂਦੀ ਦੀ ਸੀਗੀ, ਉਹਨੂੰ ਉਹਨਾਂ ਨੇ ਮਤਲਬ ਕੱਢਣ ਲਈ ਸ਼ਿਵਲਿੰਗ 'ਤੇ ਆਘਾਤ ਕੀਤਾ ਪੂਰੇ ਅਸਤਰ ਸ਼ਸਤਰਾਂ ਨਾਲ, ਉਹਨੂੰ ਮਤਲਬ ਪੂਰੀ ਜ਼ੋਰ ਲਾ ਕੇ ਕੱਢਿਆ, ਨਿਕਲਦਾ ਨਹੀਂ ਸੀ ਉਹ। ਅਤੇ ਉਸ ਚੱਕਰ ਦੇ ਵਿੱਚ ਉਹਨਾਂ ਨੇ ਮਤਲਬ ਸ਼ਿਵਲਿੰਗ ਨੂੰ ਵੀ ਖੰਡਿਤ ਕਰਨ ਦੀ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ। ਔਰ 4 kg ਦੇ ਆਸ ਪਾਸ ਸਾਡੀ ਚਾਂਦੀ ਦੀ ਜਲੈਰੀ ਸੀਗੀ, ਉਹ ਲੈ ਕੇ ਗਏ ਨੇ, ਚਾਂਦੀ ਦਾ ਹੀ ਕਲਸ਼ ਸੀਗਾ। ਉਸ ਤੋਂ ਬਾਅਦ ਸਾਡੇ ਸਾਰੀਆਂ ਮੂਰਤੀਆਂ 'ਤੇ ਚਾਂਦੀ ਦੇ ਜਿਹੜੇ ਮੁਕਟ ਸੀਗੇ, ਲਗਭਗ 9 ਮੁਕਟ ਜਿਹੜੇ ਹੈ ਉਹਨਾਂ ਨੇ ਸਾਫ਼ ਕੀਤੇ। ਬੰਸਰੀ ਸੀਗੀ ਕ੍ਰਿਸ਼ਨ ਜੀ ਦੀ ਬੜੀ, ਬੰਸਰੀ ਤੋਂ ਬਾਅਦ ਸੋਨੇ ਦੀ ਨੱਥ ਸੀਗੀ ਮਾਤਾ ਜੀ ਦੀ, ਉਹ ਵੀ ਲੈ ਗਏ ਉਹ। ਉਸ ਤੋਂ ਬਾਅਦ 2 ਗੱਲੇ ਉਹਨਾਂ ਨੇ ਚੱਕ ਕੇ
ਅੰਦਰ ਲੈ ਕੇ ਗਏ, ਉਹਨਾਂ ਨੂੰ ਪੱਟਿਆ, ਉਹਨਾਂ 'ਚੋਂ ਜੋ ਕੱਢਿਆ ਉਹ ਵੀ ਸਾਨੂੰ ਹਲੇ ਅਨੁਮਾਨਿਤ ਹੈ, ਹਲੇ ਉਹ ਪੂਰੀ ਜਾਣਕਾਰੀ ਸਾਡੇ ਕੋਲ ਨਹੀਂ ਹੈਗੀ। ਅਸੀਂ ਜੋ ਕੈਮਰਿਆਂ ਦੇ ਵਿੱਚ ਜਾਂ ਜੋ ਅਸੀਂ ਆਪਣੀ ਆਈ ਵਿਟਨੈਸ ਦੇ ਹਿਸਾਬ ਨਾਲ ਪਹਿਲੇ ਬੰਦਿਆਂ ਨੇ ਜੋ ਸਾਨੂੰ ਦੱਸਿਆ ਉਹਦੇ ਅਕੋਰਡਿੰਗਲੀ ਸਾਡਾ ਬਹੁਤ ਵੱਡਾ ਲੌਸ ਹੋਇਆ। ਔਰ ਲੌਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਧਾਰਮਿਕ ਭਾਵਨਾਵਾਂ ਨੇ ਜਿਨ੍ਹਾਂ ਨੂੰ ਮਤਲਬ ਬਿਲਕੁਲ ਵੀ ਅਸੀਂ ਮਤਲਬ ਅੱਜ ਦੀ ਡੇਟ 'ਚ ਸਾਡੇ ਤੋਂ ਇਹ ਬੋਲਿਆ ਵੀ ਨਹੀਂ ਜਾ ਰਿਹਾ ਹੈਗਾ ਜੋ ਅਸੀਂ ਤੁਹਾਨੂੰ ਬਿਆਨ ਦੇ ਰਹੇ ਹਾਂ, ਬੜੇ ਦੁਖਦ ਮਤਲਬ ਮਨ ਨਾਲ ਭਰੇ ਮਨਾਂ ਨਾਲ ਅਸੀਂ ਬੈਠੇ ਹਾਂ। ਸਾਰੇ ਸਾਡੀ ਸਮਿਤੀ ਜਿਹੜੀ ਹੈ ਇਸ ਮਤਲਬ ਇੰਸੀਡੈਂਸ ਤੋਂ ਬਹੁਤ ਜ਼ਿਆਦਾ ਵੱਡੇ ਆਘਾਤ ਦੇ ਵਿੱਚ ਹੈ, ਆਘਾਤ ਹੋਈ ਹੈ। ਕਿੰਨੇ ਜਣੇ ਸੀਗੇ ਉਹ ਸੀਸੀਟੀਵੀ ਕੁਛ? ਦੋ ਆ ਰਹੇ ਹੈ, ਦੋ ਜਣੇ ਸਰ। ਦੇਖੋ ਪਹਿਲਾਂ ਰੱਸੀ ਲੈ ਕੇ ਰੋਸ਼ਨਦਾਨ ਦੇ ਵਿੱਚੋਂ ਜਾਲੀ ਪੱਟ ਕੇ ਇੱਕ ਬੰਦਾ ਪਹਿਲਾਂ ਉਤਰਦਾ, ਉਹ ਉੱਥੇ ਜਿੱਥੇ ਪੈਰ ਰੱਖਦਾ ਉੱਥੇ ਲਾਈਟ ਲੱਗੀ ਹੋਈ ਸੀ ਬੜੀ, ਉਹ ਲਾਈਟ ਥੱਲੇ ਗਿਰਦੀ ਹੈ, ਉਹ ਬੰਦਾ ਨੀਚੇ ਉਤਰ ਕੇ ਪ੍ਰੋਪਰ ਆਪਣਾ ਸਟਾਰਟ ਕਰਦਾ ਟੂਲ ਲੈ ਕੇ। ਉਹ ਪ੍ਰੋਪਰ ਸਮਾਨ ਲੈ ਕੇ ਆਏ ਹੋਏ ਸੀਗੇ ਔਰ ਪਲੈਨਿੰਗ ਦੇ ਨਾਲ ਆਏ ਹੋਏ ਸੀਗੇ। ਇੱਕ ਬੰਦਾ ਜਦੋਂ ਆਪਣਾ ਜਿੰਨਾ ਕੁ ਕੰਮ ਕਰਦਾ ਫਿਰ ਉਹ ਦੂਜੇ ਨੂੰ ਆਵਾਜ਼ ਲਗਾਉਂਦਾ, ਦੂਜਾ ਵੀ ਬੰਦਾ ਥੋੜ੍ਹੀ ਦੇਰ ਬਾਅਦ ਥੱਲੇ ਆਉਂਦਾ। ਉਹ ਦੋਨੋਂ ਬੰਦੇ ਜਿਹੜੇ ਤਰੀਕੇ ਨਾਲ ਥੱਲੇ ਉਤਰਦੇ ਨੇ ਉਸੇ ਵੇ ਦੇ ਨਾਲ ਉਹ ਵਾਪਸ ਸਮਾਨ ਲੈ ਕੇ ਉੱਪਰ ਚੜ੍ਹ ਜਾਂਦੇ ਨੇ। ਨਾ ਉਹਨਾਂ ਨੇ ਕੋਈ ਦਰਵਾਜ਼ੇ ਦਾ ਤਾਲਾ ਤੋੜਿਆ ਸਾਡੇ ਮੰਦਰ ਦਾ, ਨਾ ਹੀ ਕੋਈ ਉਹਨਾਂ ਨੇ ਐਂਟਰੀ ਜਾਂ ਐਗਜ਼ਿਟ ਲਈ ਕੋਈ ਪੁਆਇੰਟ ਯੂਜ਼ ਕੀਤਾ। ਪੁਲਿਸ ਵੱਲੋਂ ਕਾਰਵਾਈ? ਪੁਲਿਸ ਦੀ ਕਾਰਵਾਈ ਨਾਲ ਹੀ ਜਿਵੇਂ ਅਸੀਂ ਉਹਨਾਂ ਨੂੰ ਇਨਫੋਰਮ ਕੀਤਾ ਸਟਾਰਟ ਹੋ ਗਈ ਹੈ। DSP ਸਾਹਿਬ ਮੌਕੇ 'ਤੇ ਸਾਡੇ ਕੋਲ ਆ ਗਏ ਸੀਗੇ, ਬਟ ਅਸੀਂ ਇਹੀ ਕਹਾਂਗੇ ਐਜ਼ ਏ ਮੰਦਰ ਦੇ ਅਸੀਂ ਸਾਰੇ ਬੈਠੇ ਹਾਂ, ਟਰੱਸਟੀ ਜਾਂ ਮੈਂਬਰਸ ਜੋ ਵੀ ਹੈ, ਸਾਡੇ ਪ੍ਰਧਾਨ ਜੀ ਸ਼ਿਵ ਕੌਸ਼ਲ ਜੀ ਬੈਠੇ ਨੇ, ਸੈਕਟਰੀ ਸੁਬੋਧ ਜੀ ਬੈਠੇ ਨੇ, ਅੰਕਲ ਖੜ੍ਹੇ ਨੇ ਮਨੋਹਰ ਲਾਲ ਜੀ, ਸੰਜੀਵ ਸ਼ਰਮਾ ਜੀ ਨੇ, ਸਾਨੂੰ ਪੁਲਿਸ ਤੋਂ ਪੂਰੀ ਉਮੀਦ ਵੀ ਹੈ ਔਰ ਅਸੀਂ ਪੂਰੀ ਉਹਨਾਂ ਦੇ ਅੱਗੇ ਇੱਕ ਅਰਜ਼ ਵੀ ਕਰਦੇ ਹਾਂ ਵੀ ਸਾਨੂੰ 24 ਘੰਟੇ ਦੇ ਵਿੱਚ ਇਸ ਚੀਜ਼ ਦਾ ਰਿਜ਼ਲਟ ਦਿੱਤਾ ਜਾਵੇ ਤਾਂ ਕਿ ਸਾਡੇ ਜਿਹੜੇ ਮਨਾਂ 'ਤੇ ਪੂਰੀ ਠੇਸ ਪਹੁੰਚੀ ਹੈ ਅਸੀਂ ਉਹਨੂੰ ਸ਼ਾਂਤ ਕਰ ਸਕੀਏ, ਸਾਡੇ ਬਰਬਲੇ ਜਿਹੜੇ ਨੇ ਕਿਤੇ ਉੱਬਲ ਕੇ ਬਾਹਰ ਨਾ ਆ ਜਾਣ। ਸਾਨੂੰ ਪੂਰੀ ਉਹਨਾਂ ਤੋਂ ਉਮੀਦ ਵੀ ਹੈ, ਅਸੀਂ ਤੁਹਾਡੇ ਰਾਹੀਂ ਮੀਡੀਆ ਦੇ ਰਾਹੀਂ ਅਸੀਂ ਉਹਨਾਂ ਨੂੰ ਇੱਕ ਸੰਦੇਸ਼ ਵੀ ਦੇਣਾ ਚਾਹੁੰਦੇ ਹਾਂ ਵੀ ਸਾਨੂੰ 24 ਘੰਟੇ ਦੇ ਅੰਦਰ ਬੰਦੇ ਲਿਆ ਕੇ ਖੜ੍ਹੇ ਕਰ ਦਿਓ ਜਿਨ੍ਹਾਂ ਨੇ ਸਾਡੀਆਂ ਭਾਵਨਾਵਾਂ ਆਹਤ ਕੀਤੀਆਂ, ਤਾਂ ਕਿ ਸਾਡੇ ਮਨਾਂ ਦੇ ਵਿੱਚ ਜਿਹੜੇ ਬਰਬਲੇ ਉੱਬਲ ਕੇ ਆ ਰਹੇ ਨੇ ਅਸੀਂ ਉਹਨਾਂ ਨੂੰ ਸ਼ਾਂਤ ਕਰ ਸਕੀਏ ਔਰ ਅਸੀਂ ਅਗਲਾ ਮੰਦਰ ਦੀ ਜਿਹੜੀ ਪੂਜਾ ਪਾਠ ਦੀ ਵਿਧੀ ਵਿਧਾਨ ਨਾਲ ਉਹਨੂੰ ਸਥਾਪਿਤ ਦੁਆਰਾ ਕਰ ਸਕੀਏ। ਦੇਖੋ ਪ੍ਰਾਚੀਨ ਜਿਹੜਾ ਸ਼ਿਵਪੁਰੀ ਮੁਹੱਲੇ ਦੇ ਵਿੱਚ ਸ਼ਿਵਪੁਰੀ ਸ਼ਿਵਜੀ ਦਾ ਮੰਦਰ ਹੈ, ਇੱਥੇ ਕੱਲ੍ਹ ਰਾਤੀ ਦੋ ਬੰਦੇ ਜਿਹੜੇ ਆਏ ਹੈ ਉਹਨਾਂ ਨੇ ਮੰਦਰ ਦੇ ਵਿੱਚ ਚੋਰੀ ਕੀਤੀ ਹੈ ਅਤੇ ਮੰਦਰ ਦੇ ਵਿੱਚ ਸ਼ਿਵਜੀ ਦੇ ਜਿਹੜੇ ਚਾਂਦੀ ਦੇ ਸ਼ਿਵਜੀ ਜਿਹੜੇ ਆਪਣੇ ਸ਼ਿਵਲਿੰਗ ਦੇ ਆਲੇ ਦੁਆਲੇ ਚਾਂਦੀ ਦਾ ਪੱਤਰ ਸੀਗਾ ਉਹ ਚੋਰੀ ਕੀਤਾ, ਮੂਰਤੀਆਂ ਤੋਂ ਚਾਂਦੀ ਦੇ ਮੁਕਟ ਚੋਰੀ ਕੀਤੇ ਨੇ ਅਤੇ ਕੁਛ ਹੋਰ ਗਹਿਣੇ ਚੋਰੀ ਕੀਤੇ ਨੇ। ਅਸੀਂ ਸਾਡੀ ਟੀਮਾਂ ਜਿਹੜੋ ਸਾਨੂੰ ਇਹ ਮਾਮਲੇ ਦੀ ਇਨਫੋਰਮੇਸ਼ਨ ਮਿਲੀ ਹੈ, ਸਾਡੀ ਟੀਮਾਂ ਮੌਕੇ 'ਤੇ ਪਹੁੰਚੀਆਂ ਨੇ, ਮੈਂ ਖੁਦ ਵੀ ਆਇਆ, ਸਾਡੇ DSP ਡੀ ਇੰਚਾਰਜ CIA DSP ਖੰਨਾ, ਡੀ ਕੰਸਰਨਡ ਏਰੀਏ ਦੇ SHO ਸਿਟੀ ਵਨ, ਮਾਨਯੋਗ SSP ਸਾਹਿਬ ਵੱਲੋਂ ਸਟ੍ਰਿਕਟ ਹਦਾਇਤਾਂ ਨੇ, ਸਾਡੀ ਫੋਰੈਂਸਿਕ ਟੀਮ ਵੀ ਮੌਕੇ 'ਤੇ, ਅਸੀਂ ਜਲਦ ਤੋਂ ਜਲਦ ਜਿਹੜੀਆਂ ਡਿਫਰੈਂਟ ਟੀਮਾਂ ਬਣਾ ਕੇ ਕ੍ਰਾਈਮ ਟ੍ਰੇਸ ਕਰਾਂਗੇ ਅਤੇ ਜਿਨ੍ਹਾਂ ਨੇ ਇਹ ਮਾੜਾ ਕੰਮ ਕੀਤਾ ਹੈ ਉਹਨੂੰ ਕਿਸੇ ਵੀ ਲੈਵਲ 'ਤੇ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਊਗਾ ਨਾ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। 5 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਇਹਨਾਂ ਨੂੰ ਗ੍ਰਿਫਤਾਰ ਕਰਨ? ਦੇਖੋ ਅਸੀਂ ਸਾਰੀ ਜਥੇਬੰਦੀਆਂ ਨਾਲ ਗੱਲ ਕਰਾਂਗੇ ਅਤੇ ਗੱਲ ਕਰਕੇ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਾਂਗੇ ਕਿ ਆਪਾਂ ਕੋਈ ਲੋਅ ਐਂਡ ਆਰਡਰ ਖਰਾਬ ਨਹੀਂ ਕਰਨਾ ਅਤੇ ਸ਼ਹਿਰ ਦਾ ਮਾਹੌਲ ਜਿਹੜਾ ਸ਼ਾਂਤੀਪੂਰਵਕ ਰੱਖਣਾ ਅਤੇ ਇਹਨਾਂ ਨੂੰ ਦੋਸ਼ੀਆਂ ਨੂੰ ਅਸੀਂ ਜਲਦ ਤੋਂ ਜਲਦ ਫੜਾਂਗੇ।